ਅਮਰੋਹਾ ਵਿੱਚ 6 ਸਾਲਾਂ ਬੱਚੀ ਨਾਲ ਨੌਕਰ ਵੱਲੋਂ ਜਬਰ ਜਨਾਹ। ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਇੱਕ 6 ਸਾਲਾਂ ਬੱਚੀ ਨਾਲ ਨੌਕਰ ਵੱਲੋਂ ਜਬਰ ਜਨਾਹ ਕੀਤਾ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਬੱਚੀ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸੀ। ਬੱਚੀ ਦੇ ਪਿਤਾ ਨੇ ਦੋਸ਼ੀ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। लड़की ने आपकी कैसी तबीयत है बच्चे की? बच्चे की तबीयत अभी अभी सही ना है। कहाँ पर भर्ती है? यहाँ पे जिला अस्पताल में। और पुलिस के कब्जे में है क्या वो? हाँ, पुलिस के कब्जे में है। क्या चाहते हैं आप लोग? फांसी। हाँ जी, फांसी चाहते हैं।